ਇੱਕ ਪਾਸੇ ਜਿੱਥੇ ਸਲਮਾਨ ਖਾਨ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਦੂਜੇ ਪਾਸੇ ਦੋ ਨੌਜਵਾਨਾਂ ਦੀ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਐਂਟਰੀ ਹੋਈ ਤਾਂ ਸੁਰੱਖਿਆ ਕਰਮੀਆਂ ਨੇ ਦੋਹਾਂ ਨੂੰ ਫੜ ਲਿਆ। ਪਤਾ ਲੱਗਿਆ ਕਿ ਦੋਵੇਂ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਤਾਂ ਪੁਲਿਸ ਨੇ ਨੋਟਿਸ ਦੇ ਦਿੱਤਾ ਔਰ ਬਾਅਦ ਵਿੱਚ ਇਹਨਾਂ ਨੂੰ ਛੱਡ ਦਿੱਤਾ। ਤਾਂ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦੋ ਨੌਜਵਾਨ ਵੜੇ ਨੇ ਤਾਂ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਜ਼ਬਰੀ ਵੜਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਦੋਹਾਂ ਨੂੰ ਫੜਿਆ, ਦੋਹਾਂ ਨੂੰ ਅੱਗੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਦੋਹਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ। ਦੱਸਿਆ ਜਾ ਰਿਹਾ ਕਿ ਦੋਹਾਂ ਦੀ ਉਮਰ 23-24 ਸਾਲ ਦੀ ਹੈ ਔਰ ਦੋਵੇਂ ਫਾਜ਼ਿਲਕਾ ਦੇ ਰਹਿਣ ਵਾਲੇ ਨੇ। ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਨੇ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਦੋਵੇਂ ਫਰਨੀਚਰ ਦਾ ਕੰਮ ਕਰਦੇ ਨੇ ਤੇ ਇੱਕ ਦਿਨ ਪਹਿਲਾਂ ਇੱਥੇ ਆਏ ਸੀ ਮੁੰਬਈ 'ਚ ਔਰ ਸਲਮਾਨ ਖਾਨ ਨੂੰ ਦੇਖਣ ਦੇ ਮਿਲਣ ਦੇ ਇੱਛੁੱਕ ਸਨ, ਇਸ ਲਈ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਤਾਂ ਧੱਕੇ ਦੇ ਨਾਲ ਇੱਥੇ ਫਾਰਮ ਹਾਊਸ ਦੇ ਵਿੱਚ ਦੋ ਨੌਜਵਾਨ ਵੜੇ ਨੇ, ਪੁਲਿਸ ਨੇ ਨੋਟਿਸ ਦੇ ਕੇ ਛੱਡ ਦਿੱਤਾ। ਸੋ ਸਲਮਾਨ ਖਾਨ ਨੂੰ ਇੱਕ ਪਾਸੇ ਜਾਨੋ ਮਾਰਨ ਦੀਆਂ ਧਮਕੀਆਂ ਲੋਰਸ ਗੈਂਗ ਦੇ ਗੁਰਗਿਆਂ ਦੇ ਵੱਲੋਂ, ਗੈਂਗਸਟਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਅਣਪਛਾਤਿਆਂ ਦੇ ਵੱਲੋਂ ਧੱਕੇ ਦੇ ਨਾਲ ਫਾਰਮ ਹਾਊਸ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਇਹਨਾਂ ਦੋਵੇਂ ਨੌਜਵਾਨਾਂ ਨੂੰ ਜੋ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ। ਇੱਕ ਪਾਸੇ ਜਿੱਥੇ ਸਲਮਾਨ ਖਾਨ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਦੂਜੇ ਪਾਸੇ ਦੋ ਨੌਜਵਾਨਾਂ ਦੀ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਐਂਟਰੀ ਹੋਈ ਤਾਂ ਸੁਰੱਖਿਆ ਕਰਮੀਆਂ ਨੇ ਦੋਹਾਂ ਨੂੰ ਫੜ ਲਿਆ। ਪਤਾ ਲੱਗਿਆ ਕਿ ਦੋਵੇਂ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਤਾਂ ਪੁਲਿਸ ਨੇ ਨੋਟਿਸ ਦੇ ਦਿੱਤਾ ਔਰ ਬਾਅਦ ਵਿੱਚ ਇਹਨਾਂ ਨੂੰ ਛੱਡ ਦਿੱਤਾ। ਤਾਂ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦੋ ਨੌਜਵਾਨ ਵੜੇ ਨੇ ਤਾਂ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਜ਼ਬਰੀ ਵੜਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਦੋਹਾਂ ਨੂੰ ਫੜਿਆ, ਦੋਹਾਂ ਨੂੰ ਅੱਗੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਦੋਹਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ। ਦੱਸਿਆ ਜਾ ਰਿਹਾ ਕਿ ਦੋਹਾਂ ਦੀ ਉਮਰ 23-24 ਸਾਲ ਦੀ ਹੈ ਔਰ ਦੋਵੇਂ ਫਾਜ਼ਿਲਕਾ ਦੇ ਰਹਿਣ ਵਾਲੇ ਨੇ। ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਨੇ ਇਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਦੋਵੇਂ ਫਰਨੀਚਰ ਦਾ ਕੰਮ ਕਰਦੇ ਨੇ ਤੇ ਇੱਕ ਦਿਨ ਪਹਿਲਾਂ ਇੱਥੇ ਆਏ ਸੀ ਮੁੰਬਈ 'ਚ ਔਰ ਸਲਮਾਨ ਖਾਨ ਨੂੰ ਦੇਖਣ ਦੇ ਮਿਲਣ ਦੇ ਇੱਛੁੱਕ ਸਨ, ਇਸ ਲਈ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਤਾਂ ਧੱਕੇ ਦੇ ਨਾਲ ਇੱਥੇ ਫਾਰਮ ਹਾਊਸ ਦੇ ਵਿੱਚ ਦੋ ਨੌਜਵਾਨ ਵੜੇ ਨੇ, ਪੁਲਿਸ ਨੇ ਨੋਟਿਸ ਦੇ ਕੇ ਛੱਡ ਦਿੱਤਾ। ਸੋ ਸਲਮਾਨ ਖਾਨ ਨੂੰ ਇੱਕ ਪਾਸੇ ਜਾਨੋ ਮਾਰਨ ਦੀਆਂ ਧਮਕੀਆਂ ਲੋਰਸ ਗੈਂਗ ਦੇ ਗੁਰਗਿਆਂ ਦੇ ਵੱਲੋਂ, ਗੈਂਗਸਟਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਅਣਪਛਾਤਿਆਂ ਦੇ ਵੱਲੋਂ ਧੱਕੇ ਦੇ ਨਾਲ ਫਾਰਮ ਹਾਊਸ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਇਹਨਾਂ ਦੋਵੇਂ ਨੌਜਵਾਨਾਂ ਨੂੰ ਜੋ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਨੋਟਿਸ ਦੇ ਕੇ ਛੱਡ ਦਿੱਤਾ।